ਮੈਂ ਕੋਈ ਕਿੰਤੂ ਪ੍ਰੰਤ ਨਹੀਂ ਕਰਦਾ, ਸਵਾਗਤ ਵਾਲੀ ਮੈਂ ਕੋਈ ਗੱਲ ਨਹੀਂ ਕਹੀ। ਜੋ ਬਾਦਲ ਪਰਿਵਾਰ ਨੇ ਮੈਨੂੰ ਆਪਦਾ ਆਫੀਸ਼ੀਅਲ ਕੈਂਡੀਡੇਟ ਬਣਾ ਕੇ ਮਨਪ੍ਰੀਤ ਬਾਦਲ ਦੀ ਸਪੋਰਟ ਕੀਤੀ ਹੈ, ਇਹ ਇਕੱਲਾ ਸਰੂਪ ਸਿੰਗਲਾ ਨਹੀਂ ਕਹਿ ਰਿਹਾ, ਸਾਰਾ ਬਠਿੰਡਾ ਕਹਿ ਰਿਹਾ। ਉਹ ਸਰੂਪ ਸਿੰਗਲਾ ਵੱਲੋਂ ਕੰਪਲੇਂਟ ਸੀ, ਹੈ, ਰਹੇਗੀ। ਮਨਪ੍ਰੀਤ ਬਾਦਲ ਭਾਜਪਾ ਸ਼ਾਮਿਲ ਹੋ ਗਏ, ਤੁਹਾਡਾ ਰਿਐਕਸ਼ਨ ਕੀ ਹੈ? ਪਾਰਟੀ ਨੇ ਜੋ ਫੈਸਲਾ ਲਿਆ ਹੈ, ਮੈਂ ਪਾਰਟੀ ਦੇ ਫੈਸਲੇ ਤੋਂ ਕਿੰਤੂ ਪ੍ਰੰਤੂ ਨਹੀਂ ਕਰਦਾ। ਸਵਾਗਤ ਕਰਦੇ ਹੋ ਜਾਂ? ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ, ਸਵਾਗਤ ਵਾਲੀ ਮੈਂ ਕੋਈ ਗੱਲ ਨਹੀਂ ਕਹੀ। ਮੈਂ ਜੋ ਫੈਸਲਾ ਲਿਆ ਉਹ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ। ਤੁਹਾਡਾ ਪਹਿਲਾਂ ਵੀ ਇਲੈਕਸ਼ਨਾਂ ਦੌਰਾਨ ਵੀ ਬੜੇ ਸੰਗੀਨ ਤੁਸੀਂ ਇਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਹੋ ਕਿ ਪਰਿਵਾਰ ਨੇ ਰਲ ਮਿਲ ਕੇ ਤੁਹਾਨੂੰ ਧੁਰ ਤੋਂ ਵਿਰੋਧੀ ਰਹੇ ਆ। ਤੁਹਾਡੇ ਧੁਰ ਤੋਂ ਹੀ ਵਿਰੋਧੀ ਰਹੇ ਹਨ ਜੇ ਗੱਲ ਕਰੀਏ ਤਾਂ? ਦੇਖੋ, ਜੋ ਬਾਦਲ ਪਰਿਵਾਰ ਨੇ ਮੈਨੂੰ ਆਪਦਾ ਆਫੀਸ਼ੀਅਲ ਕੈਂਡੀਡੇਟ ਬਣਾ ਕੇ ਮਨਪ੍ਰੀਤ ਬਾਦਲ ਦੀ ਸਪੋਰਟ ਕੀਤੀ ਹੈ, ਇਹ ਇਕੱਲਾ ਸਰੂਪ ਸਿੰਘ ਨਾਲ ਨਹੀਂ ਕਹਿ ਰਿਹਾ, ਸਾਰਾ ਬਠਿੰਡਾ ਕਹਿ ਰਿਹਾ, ਕਿਉਂਕਿ ਸਾਰੇ ਬਠਿੰਡੇ ਦੇ ਵਿੱਚ ਲੋਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਹ ਕੀਤਾ। ਅਤੇ ਮੈਂ ਇਲਜ਼ਾਮ ਲਾਏ ਸੀ, ਉਹ ਇਲਜ਼ਾਮ ਅੱਜ ਵੀ ਕਾਇਮ ਹੈ, ਮੈਂ ਸਾਰੇ ਇਲਜ਼ਾਮ 'ਤੇ ਕਾਇਮ ਹੈ, ਅੱਜ ਵੀ ਕਾਇਮ ਹੈ, ਜੇ ਮੈਂ ਕੋਈ ਕੰਪਲੇਂਟ ਕੀਤੀ ਉਹ 'ਤੇ ਵੀ ਕਾਇਮ। ਕੀ ਹੋਇਆ ਸੀ ਇਲੈਕਸ਼ਨ 'ਚ? ਕੀ ਹੋਇਆ ਸਿੰਘਲਾ ਸਾਹਿਬ ਇਲੈਕਸ਼ਨ ਦੇ ਵਿੱਚ? ਆਫੀਸ਼ੀਅਲ ਕੈਂਡੀਡੇਟ ਮੈਂ ਸੀਗਾ, ਅਕਾਲੀ ਦਲ ਨਹੀਂ ਹੋ, ਅਤੇ ਬਾਦਲ ਪਰਿਵਾਰ ਨੇ ਜਿਹੜੀ ਮਦਦ ਮਨਪ੍ਰੀਤ ਬਾਦਲ ਦੀ ਕੀਤੀ। ਨਹੀਂ, ਇਹ ਬੜੇ ਵੱਡੇ ਮਾਮਲੇ ਆ, ਇਹਨਾਂ ਤੋਂ ਮੈਂ ਇਸ ਚੀਜ਼ਾਂ ਤੋਂ ਉਮੀਦ ਵੀ ਨਹੀਂ ਕਰਦਾ ਕਿ ਮੈਨੂੰ ਕੌਨਫੀਡੈਂਸ ਦੇ ਵਿੱਚ ਲੈਣ, ਕੋਈ ਪਾਰਟੀ ਦਾ ਫੈਸਲਾ ਹੈਗਾ, ਅਸੀਂ ਪਾਰਟੀ ਦੇ ਫੈਸਲੇ ਜੋ ਕੀਤਾ ਹੈ ਉਹਨੂੰ ਮੰਨਦੇ ਹਾਂ ਫੈਸਲੇ ਨੂੰ। ਉਹ ਸਰੂਪ ਸਿੰਗਲਾ ਵੱਲੋਂ ਕੰਪਲੇਂਟ ਸੀ, ਹੈ, ਰਹੇਗੀ। ਉਹਦੇ ਵਿੱਚ ਜੋ ਬਠਿੰਡਾ ਵਾਸੀਆਂ ਨਾਲ ਧੱਕਾ ਹੋਇਆ ਹੈ, ਬਠਿੰਡੇ ਵਾਸੀਆਂ ਨਾਲ ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਹੁੰਦਿਆਂ ਬੇਇਨਸਾਫੀ ਹੋਈ ਹੈ, ਉਹ ਜਿਹੜੇ ਮੈਂ ਸਾਰੇ ਐਲੀਗੇਸ਼ਨ ਲਾਏ ਆ, ਮੈਂ ਉਹਨਾਂ 'ਤੇ ਕਾਇਮ ਹੈ। ਕਰਪਸ਼ਨ ਵਗੈਰਾ ਸਾਰੀ ਕਰਪਸ਼ਨ ਦੇ ਕਾਰਨ ਜੋ ਵੀ ਹੈ, ਨਹੀਂ ਉਹਦੇ ਵਿੱਚ ਸਾਰੀਆਂ ਕੰਪਲੇਂਟਾਂ ਦੇ ਉੱਤੇ ਔਨ ਰਿਕਾਰਡ ਹੈਗੀਆਂ, ਜੇ ਢੋਆ ਢੁਆਈ ਦਾ ਘੁਟਾਲਾ ਹੋਇਆ, ਹੋਰ ਹੋਇਆ, ਉਹਦੇ ਵਿੱਚ ਜਿਹੜਾ ਕੁਛ ਗਲਤ ਹੋਇਆ, ਟਰੱਕ ਆਪਰੇਟਰ ਦਾ ਹੱਕ ਮਾਰਿਆ ਗਿਆ, ਉਹਦੇ 'ਤੇ ਮੈਂ ਕੰਪਲੇਂਟ ਕੀਤੀ ਸੀ, ਉੱਥੇ ਕਹਿ ਰਿਹਾ ਅੱਜ ਵੀ। ਤੁਸੀਂ ਕਬਜ਼ਿਆਂ ਨੂੰ ਲੈ ਕੇ ਵੀ ਜਿਹੜੀ ਹੈ ਪਹਿਲਾਂ ਵੀ ਕਾਫੀ ਵਾਰ ਇਸ ਗੱਲ ਦੇ ਉੱਤੇ ਆਏ ਸੀਗੇ ਕਿ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਇਹ ਕਹਿ ਦਿਆਂ ਕਿ ਜੋ ਵੀ ਬਠਿੰਡੇ ਵਾਸੀਆਂ ਨਾਲ ਗਲਤ ਹੋਇਆ, ਧੱਕਾ ਹੋਇਆ, ਉਹ ਮੈਂ ਉਸ ਟਾਈਮ ਵੀ ਖੜਾ ਸੀ, ਅੱਜ ਵੀ ਖੜਾ ਹੈ, ਅਤੇ ਆਉਣ ਵਾਲੇ ਟਾਈਮ 'ਚ ਖੜਾ ਰਹੂੰਗਾ। ਅੱਛਾ ਸਿੰਗਲਾ ਸਾਹਿਬ, ਕਾਰਪੋਰੇਸ਼ਨ ਦੇ ਵਿੱਚ ਮੇਅਰ ਨੂੰ ਲੈ ਕੇ ਚੱਲੀਏ, ਹੁਣ ਪਹਿਲਾਂ ਤਾਂ ਇਹ ਸੀਗਾ ਵੀ ਮੇਅਰ ਜਿਹੜੇ ਐਮ ਸੀ ਸੀ ਉਹ ਕਹਿੰਦੇ ਸੀਗੇ ਵਿਦ ਇਨ ਪਾਰਟੀ ਵੀ ਅਸੀਂ ਜਾਂ ਮਨਪ੍ਰੀਤ ਨਾਲ ਰਹੀਏ ਜਾਂ ਰਾਜੇ ਵੜਿੰਗ ਨਾਲ ਰਹੀਏ। ਹੁਣ ਉਹਨਾਂ ਕੋਲ ਵਿਕਲਪ ਆ ਗਿਆ ਜਾਂ ਭਾਜਪਾ ਨਾਲ ਰਹੀਏ ਜਾਂ ਕਾਂਗਰਸ ਨਾਲ ਰਹੀਏ। ਹੁਣ ਕੀ ਲੱਗਦਾ ਕਿ ਤੁਸੀਂ ਭਾਜਪਾ ਦਾ ਜੇ ਮਨਪ੍ਰੀਤ ਬਾਦਲ ਦੇ ਬੰਦੇ ਜਿਹੜੇ ਉਹਨੇ ਆਪਦੇ ਬਣਾਏ ਸੀਗੇ ਐਮ ਸੀ, ਉਹ ਕੀ ਭਾਜਪਾ ਦਾ ਮੇਅਰ ਬਣ ਸਕਦਾ? ਨਹੀਂ, ਅਸੀਂ ਸਾਰੀਆਂ ਦੇਖੋ ਬੜੀ ਜਲਦੀ ਆ ਇਹ ਸਾਰੇ ਪਹਿਲੇ, ਅਤੇ ਮੈਂ ਜੇ ਕੁਛ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ। ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਕੌਂਸਲਰ ਆਉਂਦੇ ਆ ਤਾਂ ਅਸੀਂ ਸਵਾਗਤ ਕਰਾਂਗੇ ਇਹਨਾਂ ਦਾ। ਕੋਈ ਗੱਲਬਾਤ ਹੋਈ ਮਨਪ੍ਰੀਤ ਬਾਦਲ ਨਾਲ ਜੁਆਇਨ ਕਰਨ ਤੋਂ ਬਾਅਦ? ਮੁਬਾਰਕਬਾਦ ਦਿੱਤੀ ਹੈ? ਨਹੀਂ, ਅਜੇ ਤੱਕ ਤਾਂ ਮੇਰਾ ਖਿਆਲ ਹੋਰ ਕਿਸੇ ਦੀ ਵੀ ਨਹੀਂ ਹੋਈ ਹੋਣੀ। ਤੁਸੀਂ ਅੱਗੇ ਰਿਸ਼ਤੇਦਾਰ ਦਾ ਨਾਮ ਲੈ ਕੇ ਗੱਲਾਂ ਕਰਦੇ ਸੀ, ਕੀ ਹੁਣ ਉਹ ਰਿਸ਼ਤੇਦਾਰ ਜਦੋਂ ਤੁਹਾਡੇ ਨਾਲ ਬੈਠੂਗਾ ਤੇ ਪਾਰਟੀ ਦੀ ਭਲਾਈ ਵਾਸਤੇ ਕੋਈ ਵੀ ਮੇਰੇ ਨਾਲ ਬੈਠੇ ਮੈਂ ਉਹਨੂੰ ਜੀ ਆਇਆ ਕਹੂੰਗਾ ਪਾਰਟੀ ਦੀ ਭਲਾਈ ਵਾਸਤੇ। ਜਿੱਥੇ ਕੋਈ ਪਾਰਟੀ ਦੇ ਖਿਲਾਫ਼ ਗੱਲ ਹੋਈ ਉੱਥੇ ਮੈਂ ਆਪਦਾ ਸਟੈਂਡ ਵੀ ਪਹਿਲਾਂ ਵੀ ਲੈਂਦਾ ਲਊਂਗਾ। ਸੂਬਾ ਪ੍ਰਧਾਨ ਜਾਣੂ ਕਰਾਉਂਗੇ ਅਸ਼ਵਨੀ ਸ਼ਰਮਾ ਨੇ ਜਦੋਂ ਕੰਮ ਕੀਤੇ ਮਨ ਕਿਸੇ ਬਾਦਲ ਧੱਕੇ ਸ਼ਰਮਾ? ਨਹੀਂ, ਉਹ ਸਾਰਾ ਕੁਛ ਔਨ ਰਿਕਾਰਡ ਹੈ, ਉਹ ਸਾਰਾ ਕੁਛ ਔਨ ਰਿਕਾਰਡ ਹੈ। ਨਹੀਂ ਅਸ਼ਵਨੀ ਜੀ ਨੂੰ ਮੈਂ ਇਸ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਹੈ
ਤਾਂ ਮੈਂ ਜਿਹੜੀ ਮੇਰੀ ਕੰਪਲੇਂਟ ਪਹਿਲਾਂ ਸੀ ਔਨ ਰਿਕਾਰਡ ਹੈ ਉਹ ਸਾਰੇ ਪੰਜਾਬ ਨੂੰ ਪਤਾ ਹੈ ਮਨ ਮੈਨੂੰ ਅੱਜ ਕੋਈ ਦੁਬਾਰਾ ਦੇਣ ਦੀ ਕੋਈ ਲੋੜ ਨਹੀਂ। ਸਿੰਘ ਸਰ ਲਾਸਟ ਸਵਾਲ ਮੇਰਾ, ਮਨ ਖੁਸ਼ ਹੈ ਕਿ ਦੁਖੀ ਹੈ? ਦੇਖੋ ਮਾਲਕ ਦੀ ਬੜੀ ਕਿਰਪਾ, ਜਿੱਦੇ ਦੇ ਜੰਮੇ ਹੈ ਜੋ ਵੀ ਹੋਇਆ ਮੇਰੇ ਵਾਸਤੇ ਬਹੁਤ ਚੰਗਾ ਹੋਇਆ ਅਤੇ ਮੈਂ ਮਾਲਕ ਦੇ ਫੈਸਲੇ ਨੂੰ ਹਮੇਸ਼ਾ ਅਟੱਲ ਮੰਨਦਾ ਹਾਂ, ਹਮੇਸ਼ਾ ਖੁਸ਼ ਰਹਿੰਦਾ। ਦੁਖੀ ਹੈ? ਨਹੀਂ, ਮੇਰਾ ਮਨ ਖੁਸ਼ ਹੈ, ਹਮੇਸ਼ਾ ਹੀ ਖੁਸ਼ ਰਹਿੰਦਾ ਮੇਰਾ ਮਨ। ਇਹ ਮੇਰੇ ਵਾਸਤੇ ਕੋਈ ਵੱਡੀਆਂ ਚੀਜ਼ਾਂ ਨਹੀਂ ਹੈ।